हाँ जी, सत श्री अकाल पंजाबीओ, साढ़े टॉप पंजाबी पॉडकास्ट से तुहाडा स्वागत है। मेरे नाल मेरा मित्र शरण ते मैं थोड़ा अपना सहेली। सहेली फिर आप चला जाओ नशे से गल करते हैं। हाँ, शुरुआत कितों दी मुड़दे नशे तो? नशे तो भरावा थापी मार के लगते हैं, झूठे कहते हैं भी लगेंगे जी पता नहीं माड़े हालात हो गए भरावा लोगों। हाँ, नशा यार कोई तो बंदा टेंशन च लगता, कोई खुशी च लगता, कोई दुखी होकर लगता, कोई घर दी टेंशन च लगता, कोई सवाद सवाद च लग जाता, सवाद च भी लगते हैं जो सवाद लगे हुए हैं पट्टे जाते हैं, टेंशन च लगे माड़ी मोटी जी टेंशन या तो मर मुर जाते हैं फिर रह जाते हैं। कई लगे पैसा वाद होंगे, वह कहते कर पैसा इन्ना हूँ जिम्मे कई लगे पैसा होंगे नहीं, पैसा घट टेंशन कर लेंगे माड़ा मोटा नशा छोटा मोटा कर लगे। नहीं नहीं वो जो नहीं जिन्हें को पैसा घट भी वधिया करते हैं, जी फ्री वाली गोली नहीं मिलती इन्होंने लिया के पिंड च बेचो। हाँ, पांच पांच चार सौ अपने मर्जी ले ला, कोई मर्जी कर ला। फिर हुण तू चल दस बी हुण नवी जवानी च मुंडे ने पैर पा लिया। हां पहला ब्याह जांदा है ना बंदा ਯਾਰਾਂ ਦੋਸਤਾਂ ਨਾਲ, ਨਵੀਂ ਨਵੀਂ ਯਾਰੀ ਪਲੱਸ ਟੂ ਨਿਕਲਦੀ ਆ। ਹਾਂ, ਤੇ ਯਾਰਾਂ ਦੋਸਤਾਂ ਨਾਲ ਵਿਆਹ ਤੇ ਜਾਂਦਾ ਹੈ ਨਾ, ਪਲੱਸ ਟੂ ਤੋਂ ਪਹਿਲਾਂ ਹੀ ਲੱਗ ਜਾਂਦੇ ਨੇ ਹੁਣ ਤਾਂ। ਹਾਂ, 10ਵੀਂ ਤੇ ਹੀ ਆ ਜਾ ਫਿਰ। ਹਾਂ, ਹੁਣ ਤਾਂ ਜਾਵੇਂ 10ਵੀਂ ਦਾ ਜਦੋਂ ਸਕੂਲ ਪਾਰਟੀ ਜੀ ਨਹੀਂ ਹੁੰਦੀ। ਹਾਂ, ਸਕੂਲ ਪਾਰਟੀ ਜੀ ਮਨਾ ਕੇ ਉਸ ਤੋਂ ਬਾਅਦ ਨਿਕਲਦੇ ਨੇ ਇਹ। ਹਾਂ, ਤੇ 10ਵੀਂ ਤੋਂ ਬਾਅਦ ਫਿਰ 11ਵੀਂ ਦੇ ਵਿੱਚ ਉਧਰੋਂ ਪੈਗ ਲਾ ਕੇ ਨਿਕਲਦੇ ਨੇ, ਜਿਹੜੇ ਮੇਰੇ ਵਰਗੇ ਪੈਗ ਨਹੀਂ ਲਾਉਂਦੇ ਬੀਰਾਂ ਪੀਂਦੇ ਨੇ, ਉਹ ਬੀਰਾਂ ਪੀ ਕੇ ਜਿਹੜਾ ਤੇਰੇ ਮੇਰੇ ਵਰਗਾ ਹੁੰਦਾ ਜਿਹੜਾ ਨਹੀਂ ਪੀਂਦਾ ਉਹ ਕਹਿੰਦਾ ਸਾਡੀ ਪਾਰਟੀ ਚ ਨਹੀਂ ਹੁੰਦਾ। ਹਾਂ, ਵੀ ਨਮਕੀਨੇ ਖਾਵੇਂਗਾ ਸਾਡਾ ਇਕੱਲਾ, ਜਿਹੜਾ ਸਮਾਨ ਆਊਗਾ ਬਾਕੀ ਉਹ ਖਾਵੇਂਗਾ ਤੂੰ ਸਾਡਾ। ਪੀਂਦੇ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਆਪਾਂ ਕੋਕ ਤੇ ਆ ਚਿਕਨੇ ਖਾਣ ਆਉਂਦੇ ਨੇ। ਪੀਣ ਵਾਲੇ ਚੱਲ ਪੀਣੀ ਵੀ ਚਾਹੀਦੀ ਜਿਹਨੇ ਪੀਣੀ ਚਾਹ ਚੰਗੀ ਚੀਜ਼ ਆ, ਘਰੇ ਬਹਿ ਕੇ ਚਾਰ ਤੱਕ ਲਾਓ ਲਾਉਂਦੀ ਆ ਯਾਰ। ਇਹ ਸਰਕਾਰੀ ਨਸ਼ੇ ਨੇ ਯਾਰ, ਜੇ ਮੈਂ ਆਪਾਂ ਕਹਿ ਦਈਏ ਇਹ ਨਸ਼ੇ ਲਿਆਂਦੇ ਕਾਹਤੋਂ ਗਏ ਸੀ, ਜਿਵੇਂ ਭੰਗ ਡੋਡੇ ਦਾਰੂ ਇਹੋ ਜਿਹੀ ਵੀ ਆਪਣੇ ਪਹਿਲਾਂ ਦੇਸੀ ਤਿੰਨੇ ਚੀਜ਼ ਆਪਣੇ ਦੇਸੀ ਤਰੀਕੇ ਨਾਲ, ਫਿਰ ਸਿੰਥੈਟਿਕ ਨਸ਼ੇ ਨੇ ਪਾਲ ਕੇ ਆਪਾਂ ਕੱਢ ਗਏ। ਇਹ ਅੰਗਰੇਜ਼ਾਂ ਨੇ ਆਪਣੇ ਤੇ ਚਾਲ ਖੇਡੀ ਵੀ ਸਰ ਨੀ, ਵੀ ਇਹ ਤਾਂ ਭੰਗ ਪੀਂਦੇ ਨੇ ਡੋਡੇ ਖਾਂਦੇ ਸੀਗੇ ਕੰਮ ਕਰਦੇ ਸੀਗੇ, ਇਹ ਤਾਂ ਬਿਮਾਰ ਬਿਮੂਰ ਹੁੰਦੇ ਨੀ, ਬਿਮਾਰ ਹੁੰਦੇ ਨੀ, ਗੱਜ ਕੇ ਕੰਮ ਕਰਦੇ ਜਿਹੜਾ ਵੀ ਕਰਦੇ ਤੇ। ਹਾਂ, ਉਹ ਬਈ ਆ ਕੇ ਤੈ ਲਾ ਦਿੰਦੇ ਤੇ, ਉਹਨਾਂ ਨੇ ਨਸ਼ਾ ਜਿਹਾ ਛੱਡਿਆ ਆ ਕੇ ਵੀ ਕਹਿੰਦੇ ਵੀ ਬੰਦ ਕਰੋ ਦਾਰੂ ਮੁੱਲ ਦੀ ਲਾਈ। ਫਿਰ ਪਹਿਲਾਂ ਗੱਲ ਇੰਗਲਿਸ਼ ਦਾਰੂ ਚੱਲਦੀ ਆ, ਫਿਲਮਾਂ ਨੀ ਦੇਖਦੇ ਹੁੰਦੇ ਪੁਰਾਣੀਆਂ। ਹਾਂ, ਅੰਗਰੇਜ਼ੀ ਦਾਰੂ ਇੰਗਲਿਸ਼ ਦਾਰੂ ਚੱਲਦੀ ਆ, ਉਹ ਪਹਿਲਾਂ ਪਹਿਲਾਂ ਤਾਂ ਹੀ ਸਟਾਰਟਿੰਗ 'ਚ ਦਿਖਾਉਂਦੇ ਸੀ ਵੀ ਬ੍ਰਾਂਡੀਆਂ ਮਹਿੰਗੀਆਂ ਮਹਿੰਗੀਆਂ ਦਾਰੂ ਤਾਂ ਦਿਖਾਉਂਦੇ ਸੀ। ਫਿਲਮਾਂ ਦੇ ਵਿੱਚ ਰਾਹੀਂ ਵੀ ਆਪਾਂ ਨੂੰ ਅਟਰੈਕਟ ਕੀਤਾ ਗਿਆ ਵੀ ਘਰ ਦੀ ਦਾਰੂ ਮਾੜੀ ਆ, ਉਹ ਪੀਓ ਬਲੈਕ ਲੇਬਲ ਆ, ਬਲੈਕ ਹਾਂ ਜਿਹੜੀ ਜੇਬ ਵੱਧ ਖਾਲੀ ਕਰਦੀ ਆ ਯਾਰ, ਕਰਦੀ ਵਾਰ ਕਰਕੇ ਤੇ ਸਵਾਦ ਆ, ਜਿਹਨੇ ਪੀਂਦੇ ਨੇ ਉਹਨਾਂ ਨੂੰ ਪਤਾ ਹੀ ਆ ਹਨਾ। ਜਿਵੇਂ ਹੁਣ ਜਦੋਂ ਸਕੂਲ 'ਚ ਵੀ ਆਪਾਂ ਦੇਖਦੇ ਹਾਂ ਮੁੰਡੇ ਤਾਂ ਕਰਦੇ ਹੀ ਕਰਦੇ ਨੇ, ਮੈਂ ਕੁੜੀਆਂ ਦੇਖੀਆਂ ਨੇ ਸਕੂਲ ਪਾਉਣ ਆਉਂਦੀਆਂ। ਯਾਰ ਖਤਮ ਹੋ ਗਈ ਕਹਾਣੀ, ਨਿਆਣੇ ਨਿਆਣੇ ਵੀ ਯਾਰ ਮੈਂ ਸਰਕਾਰੀ ਸਕੂਲਾਂ ਦੇ ਕੀ ਦੱਸਾਂ ਮਾਸਟਰਾਂ ਨਾਲ ਕੀ ਮਾਹੌਲ ਨੇ, ਸਰਕਾਰੀ ਲਾਲਾ ਚਾਹੇ ਪ੍ਰਾਈਵੇਟ ਲਾਲਾ ਕਰਦੇ ਸਾਰੇ ਪਾਸੇ ਨੇ, ਸਾਰੇ ਪਾਸੇ ਨੇ ਯਾਰ। ਮੈਂ ਜਦ ਮੈਂ ਨਾ ਮੈਂ ਆਪਣੀ ਪਲੱਸ ਟੂ ਦੇ ਲਾ ਤੁਸੀਂ ਟਾਪ ਦਾ ਪਾਸ ਆਊਟ ਆ, ਮੈਂ ਪਤਾ ਹਨਾ, ਚਲ ਮੈਂ ਤੁਹਾਨੂੰ ਦੱਸ ਦਿੰਦਾ ਵੀ 2012 ਦਾ ਪਾਸ ਆਊਟ ਆ ਮੈਂ ਪਲੱਸ ਟੂ ਹਨਾ। ਹਾਂ, ਵੀ ਦੇਖ ਲਾ ਵੀ ਉਦੋਂ ਇੱਕ ਦੋ ਜਾਣੇ ਮੇਰੀ ਕਲਾਸ ਦੇ ਵਿੱਚ ਹੁੰਦੇ ਸੀ ਵੀ ਜਿਹੜਾ ਜ਼ਿਆਦਾ ਜੋਰ ਲਾਉਂਦੇ ਸੀ ਹਨਾ, ਤੇ ਹੁਣ ਐਦਾਂ ਨਹੀਂ ਹੈਗਾ ਵੀ ਹਰੇਕ ਲਾਉਂਦਾ, ਹਰੇਕ ਨਹੀਂ ਲਾਉਂਦਾ ਦੀ, ਪਰ ਹੁਣ ਦੇਖ ਲਾ ਤੂੰ ਵੀ ਤੈਨੂੰ 90% ਮੁੰਡੇ ਕੂਲ ਲਿਪਣ ਲਾਉਂਦੇ ਮਰ ਜਾਣਗੇ ਯਾਰ। ਬਾਥਰੂਮ 'ਚ ਵਗ ਜਾ, ਸਿਨੇਮੇ ਦੇ ਵਿੱਚ ਵਗ ਜਾ ਹਨਾ, ਬਾਥਰੂਮਾਂ ਦੇ 'ਚ, ਤੇ ਆਪਣਾ ਕੋਈ ਕਿਹੜੇ ਮਰਜ਼ੀ ਸਰਕਾਰੀ ਜਿੱਥੇ ਵਰਤਦੇ ਹੋਈਏ ਲੋਕਲ ਪ੍ਰਾਈਵੇਟ ਹਨਾ, ਉਹ ਦੇਖਿਓ ਤੇ ਕੂਲ ਲਿਪਾਂ ਪਈਆਂ ਪਈਆਂ ਹੁੰਦੀਆਂ। ਸਕੂਲ ਵਾਲੇ ਗੱਲ ਤਾਂ ਯਾਦ ਆ ਗਈ, ਤੇ ਜਿਵੇਂ ਜਾਂ ਪੇਪਰ ਹੁੰਦੇ ਤੇ ਹਨਾ, ਤੇ ਮੈਂ ਆਪਦੇ ਦੋਸਤ ਦੀ ਪੈਂਟ ਪਾ ਕੇ ਲੈ ਗਿਆ, ਚੱਲ ਮੈਂ ਤਾਂ ਨਾ ਪੜ੍ਹਦਾ ਤਾਂ ਹੈ ਨਹੀਂ ਸੀ ਉਹ, ਮੈਂ ਪੈਂਟ ਪਾ ਕੇ ਲੈ ਗਿਆ, ਉਹ ਪੇਪਰ ਚੈੱਕ ਕਰਨੀ ਹੁੰਦੇ ਪਹਿਲਾਂ ਵੀ ਕਿਸੇ ਕੋਲ ਪਰਚੀਆਂ ਪੁਰਚੀਆਂ ਤਾਂ ਨਹੀਂ, ਮੈਂ ਪੜ੍ਹਦਾ ਵਧੀਆ ਸੀ, ਮੈਂ ਲੈ ਵੀ ਮੈਂ ਚੱਲ ਚੈੱਕ ਕਰ ਲੈਂਦੇ ਕਈ ਵਾਰ ਗਲਤੀ ਨਾਲ ਆ ਜਾਂਦੀ ਆ, ਮੈਂ ਬਾਬੇ ਜੇਬ 'ਚ ਹੱਥ ਪਾਇਆ ਜਰਦ ਦੀ ਪੁੜੀ, ਮੈਂ ਫਟਾਫਟ ਲੁਕੋ ਕੇ ਸਿੱਟੀ, ਮੈਂ ਲੈ ਵੀ ਜੇ ਮੈਂ ਅੱਜ ਉਰੇ ਫਸ ਜਾਂਦਾ ਉਹ ਆਈ ਗਿਆ ਮੇਰੇ ਕੋਲੇ, ਮੈਂ ਦੋਸਤ ਦੀ ਪੈਂਟ ਪਾ ਕੇ ਲੈ ਗਿਆ ਸੀ, ਮੈਂ ਚੈੱਕ ਕੀਤੀ ਨਹੀਂ ਪਾਕਟ ਉਹਦੀ ਵੀ ਕੀ ਕੁਸਤੀ। ਉਹੀ ਗੱਲ ਹੈ ਭਰਾਵਾ, ਨਸ਼ੇ ਤਾਂ ਤੈਨੂੰ ਬਹੁਤ ਦੀਆਂ ਗੱਲਾਂ ਨੇ ਹਨਾ, ਉਦੋਂ ਬਾਅਦ ਮਸਾਲਾ ਸਰ ਨਹੀਂ ਤਾਂ 10ਵੀਂ ਤੋਂ ਬਾਅਦ ਫਿਰ ਪਲੱਸ ਟੂ ਤੱਕ ਚੱਲ ਪੈਂਦੇ ਨੇ, ਫਿਰ ਉਦੋਂ ਬਾਅਦ 'ਚ ਦਿਲ ਦੁੱਲ ਮਿਲ ਜਾਂਦੇ ਨੇ, ਫਿਰ ਟੁੱਟ ਵੀ ਜਾਂਦੇ ਨੇ, ਕੁਛ ਮੇਰੇ ਤੇਰੇ ਵਰਗੇ ਲੜਾਈਆਂ ਦੇ ਚੱਕਰਾਂ 'ਚ ਪੀ ਜਾਂਦੇ ਨੇ, ਨਸ਼ਾ ਕਰੀ ਜਾਂਦੇ ਨੇ, ਉਹ ਕਹਿੰਦੇ ਨੇ ਰਹਿਗਾ ਸਿੱਪ ਸ਼ੀਸ਼ੀਆਂ ਕੀ ਕਹਿੰਦੇ ਨੇ ਚੱਟਾ, ਇਹ ਭੈਣ ਦੀ ਜਗ੍ਹਾ ਇਹਦੇ 'ਚ ਲਾਈ ਜਾਂਦੇ ਨੇ ਚੱਕਰਾਂ 'ਚ ਵੀ ਅਸੀਂ ਬਦਮਾਸ ਹਾਂ, ਬਦਮਾਸ ਹਾਂ, ਉਹ ਕਹਿੰਦੇ ਹੌਸਲਾ ਮਿਲਦਾ ਵੀ ਸਾਨੂੰ ਮੂੰਹ ਲੜਾ ਬੰਦਾ ਉਹਨੂੰ ਪਾੜ ਦਾਂਗੇ, ਪਾੜ ਦਾਂਗੇ ਜੀ ਹਾਂ, ਇਹ ਨਹੀਂ ਉਹ ਬਸ ਐਂ ਨਹੀਂ ਹੁੰਦਾ, ਉਹ ਦੋ ਬੰਦੇ ਦੇਖ ਹੋਏ ਉਹ ਐਂ ਤੇ ਲੱਗੇ ਕੋਈ ਤਰ੍ਹਾਂ ਜਾਖੜਾ ਜਾਖੜਾ ਐਂ ਇਹੀ ਚੱਕਰਾਂ 'ਚ। ਹੁਣ ਫੀਮ ਬੂਮ ਦੇਖ ਲਾ, ਆਪਾਂ ਪਹਿਲਾਂ ਵੀ ਗੱਲ ਕਰੀਏ ਫੀਮ ਬੂਮ ਤੋਂ ਤਾਂ ਗੱਲੇ ਮੁੱਕ ਗਈ, ਫੀਮ ਡੁੱਡਾਂ ਦੀ ਤਾਂ ਗੱਲੇ ਮੁੱਕ ਗਈ, ਤਾਂ ਸਿੰਥੈਟਿਕ ਨਸ਼ੇ ਗੋਲੀਆਂ ਗੂਲੀਆਂ ਰਹਿ ਗਈਆਂ ਯਾਰ ਪੰਜਾਬ 'ਚ।
ਗੋਲੀ ਰਹਿ ਗਈ ਹੁਣ ਜਿਵੇਂ ਯਾਰ ਜਿਹੜਾ ਬੰਦਾ ਨਸ਼ਾ ਕਰਦਾ ਜਿਹੜਾ ਨਹੀਂ ਵੀ ਕਰਦਾ ਉਹਨੂੰ ਕਹਿੰਦੇ ਨੇ ਯਾਰ ਤੇਰਾ ਦੁਨੀਆਂ ਦਾ ਆਉਂਦਾ ਫਾਇਦਾ ਕੀ ਹੈ ਤੂੰ ਖਾਧਾ ਨੀ ਕੋਈ ਪੀਤਾ ਨੀ ਤੂੰ ਰੱਬ ਨੂੰ ਕੀ ਮੂੰਹ ਕਰੇਗਾ ਸਨ ਮੈਂ ਆਪਾਂ ਹੁਣ ਚੱਲੇ ਤਾਂ ਵੀ ਪਲੱਸ ਟੂ ਤੋਂ ਬਾਅਦ ਚੱਲ ਵੀਡੇ ਹੁਣ ਆਪਾਂ ਬਾਹਰਲੇ ਤੇ ਇਧਰਲੇ ਚ ਨਸ਼ੇ ਆਪਾਂ ਉਹ ਚ ਫਰਕ ਦੱਸਦਾ ਜੀ ਪੰਜਾਬ ਤੇ ਆਪਣਾ ਬਾਹਰਲੇ ਚ ਕੀ ਫਰਕ ਆ ਨਸ਼ਿਆਂ ਚ ਕੀ ਫਰਕ ਹੈ ਜਿਵੇਂ ਆਪਣਾ ਮੈਂ ਕਾਫੀ ਵਾਰ ਦੱਸਿਆ ਵੀ ਮੇਰਾ ਯਾਰ ਦੋਸਤ ਇੱਕ ਬਾਹਰੋਂ ਆਇਆ ਹੋਇਆ ਰੀਮੈਗ੍ਰੇਸ਼ਨ ਕਰਕੇ ਤੈਨੂੰ ਪਤਾ ਹੀ ਹੈ ਛੱਡਿਆ ਆ ਕਹਿੰਦਾ ਘਰ ਵਾਲੀ ਨਾਲ ਕਹਿੰਦਾ ਖੁਸ਼ ਆਓ ਰੱਬ ਕਰੇ ਇੱਕ ਅੱਧਾ ਹੋਰ ਵੀ ਆਊ ਮੈਨੂੰ ਲੱਗਦਾ ਵੀ ਉੱਥੇ ਯਾਰ ਕਹਿੰਦਾ ਵੀ ਉੱਥੇ ਸਾਰਾ ਕੁਛ ਹੈ ਯਾਰ ਆਪਣੇ ਨੂੰ ਤਾਂ ਵੱਧ ਆਪਣੇ ਚਿੱਟਾ ਕਿਹੜਾ ਚਿੱਟਾ ਹੁੰਦਾ ਯਾਰ ਇੱਥੇ ਤਾਂ ਕੈਮੀਕਲ ਜੀ ਕੈਮੀਕਲ ਚਿੱਟਾ ਬਣਾ ਕੇ ਹਾਫੀ ਜੀ ਦਿੱਲੀਓ ਵੇਚੀ ਜਾਂਦੇ ਨੇ ਹਨਾ ਉੱਥੇ ਉਹ ਕਹਿੰਦਾ ਵੀ ਅੱਧੀ ਗ੍ਰਾਮ ਮਿਲਦੀ $80 ਦੀ $80 ਦੀ ਮਤਲਬ ਵੀ 5000 ਦੀ ਮੰਨ ਕੇ ਚੱਲ ਹਾਂ ਤੇ ਇੰਡੀਆ ਦਾ 130-140 ਗ੍ਰਾਮ ਦੀ ਨਾ $130-140 ਦੀ ਕਹਿੰਦਾ ਗ੍ਰਾਮ ਪੂਰੀ ਹੁੰਦੀ ਹੈ 10000 ਇਹ ਵੀ ਮਤਲਬ ਆਪਣੇ ਫਿਰ ਆਪਾਂ ਹਾਂ ਕਹਿੰਦੇ ਨੇ ਇਹਨੂੰ ਹੀਰੋਇਨ ਕੋਕੇ ਨੂੰ ਮੋਲੀ ਕਹਿੰਦਾ LSD ਹਾਂ LSD ਕਹਿੰਦਾ ਬੜਾ ਨਸ਼ਾ ਹੈ ਮੋਲੀ ਕਹਿੰਦਾ ਛੋਟਾ ਨਸ਼ਾ ਹੈ ਹਨਾ ਵੀ ਕੋਕੇ ਨੂੰ ਬੜੀ ਸਸਤੀ ਪੈ ਜਾਂਦੀ ਆ ਤੇ ਹੀਰੋਇਨ ਮਹਿੰਗੀ ਪੈਂਦੀ ਹੈ ਐਂ ਦਾ ਫਰਕ ਮਸ਼ਰੂਮ ਵੀ ਆਉਂਦੇ ਨੇ ਬਾਬੇ ਉੱਥੇ ਭੰਗ ਦੇ ਅੱਛਾ ਆ ਤੇ ਯਾਰ ਕਹਿੰਦਾ ਨਸ਼ੇ ਨਾਰਮਲ ਚੀਜ਼ਾਂ ਨੇ ਉਹ ਡਿਸਪੈਂਸਰੀਆਂ ਖੁੱਲੀਆਂ ਹੋਈਆਂ ਨੇ ਜਿਵੇਂ ਆਪਣੇ ਨਹੀਂ ਉਰੇ ਚਿੱਟਾ ਦੀ ਗੋਲੀ ਖਪਾਉਂਦੇ ਪੁੱਛਿਆ ਸੀ ਮੈਂ ਵੀ ਤੈਨੂੰ ਉੱਥੇ ਨਸ਼ਾ ਛੱਡਣਾ ਸੌਖਾ ਇੱਥੇ ਵੀ ਨਸ਼ੇ ਦਾ ਕੀ ਫਰਕ ਆ ਕਹਿੰਦਾ ਉੱਥੇ ਨਸ਼ੇ ਚ ਲੱਗਣਾ ਸੌਖਾ ਕੈਨੇਡਾ ਚ ਕੈਨੇਡਾ ਚ ਨਸ਼ੇ ਨੂੰ ਲੱਗਣਾ ਸੌਖਾ ਪੰਜਾਬ ਚ ਨਸ਼ਾ ਛੱਡਣਾ ਸੌਖਾ ਇੱਥੇ ਸਾਥ ਆ ਸਾਰੇ ਭਾਈਏ ਦੋਸਤ ਨੇ ਕਹਿੰਦਾ ਉੱਥੇ ਕਿਹੜਾ ਕੋਈ ਫਸਦਾ ਯਾਰ ਕਿਸੇ ਨੂੰ ਗੱਲ ਬਾਕੀ ਯਾਰ ਜੇ ਆਪਾਂ ਬਾਹਰਲੇ ਦੇਸ਼ ਦੀ ਨਸ਼ੇ ਦੇ ਆਪਾਂ ਕਹਿ ਦਈਏ ਜਿਵੇਂ ਮੁੰਡੇ ਲਾ ਦੇਣੇ ਇੱਕ ਤਾਂ ਉਹਨਾਂ ਨੂੰ ਆਜ਼ਾਦੀ ਆ ਉੱਥੇ ਹਨਾ ਕੋਈ ਆਪਾਂ ਦੇ ਦੇਣੀ ਤੇ ਦੂਜਾ ਆਪਾਂ ਜਿਹੜਾ ਆਪਾਂ ਨੂੰ 25-30 ਲੱਖ ਜਾਂ 20 ਲੱਖ ਲਾ ਕੇ ਉਹਨੂੰ ਭੇਜਦੇ ਆ ਉਹ ਇਹੀ ਟੈਨਸ਼ਨ ਚ ਕਰੀ ਜਾਂਦੇ ਨੇ ਡਿਪਰੈਸ਼ਨ ਆ ਯਾਰ ਉਹ ਡਿਪਰੈਸ਼ਨ ਸਮਝਦੇ ਹੀ ਨਹੀਂ ਹੈਗੇ ਆਪਾਂ ਆਪਣੇ ਪੰਜਾਬੀ ਡਿਪਰੈਸ਼ਨ ਆ ਉਹ ਜਵਾਕ ਦੇ ਤਾਂ ਲੱਗਦਾ ਬਹੁਤ ਲੱਗ ਕੇ ਬਹੁਤ ਨਹੀਂ ਮੈਂ ਕਹਿੰਦਾ ਤੈਨੂੰ ਵੀ 1000 ਦੇ ਵਿੱਚੋਂ 15% ਤਾਂ ਹੈਗੇ ਨੇ ਹੈਗੇ ਨੇ ਵੱਧੇ ਹੋਣਗੇ ਹਨਾ 100 ਚੋਂ 15% ਤਾਂ ਹੋਣਗੇ ਤੁਹਾਨੂੰ ਆਪ ਵੀ ਪਤਾ ਯਾਰ ਤੁਸੀਂ ਆਪ ਵੀ ਦੇਖਦੇ ਹੋ ਨਾ ਬਾਰੇ ਰਹਿਣ ਵਾਲੇ ਜਿਹੜੇ ਮੁੰਡੇ ਪੰਜਾਬ ਚ ਕਰਦੇ ਨਹੀਂ ਤੇ ਉਹ ਬਾਹਰ ਜਾ ਕਰਨ ਲੱਗ ਗਏ ਆ ਫੀਮ ਯਾਰ ਜਿਹੜੇ ਜਾਂਦੇ ਨੇ $400-400 ਨੂੰ ਫੀਮ ਲੈ ਜਾਂਦੇ ਹੁਣ ਕੀ ਕਰੂ ਬੰਦਾ ਹਨਾ ਭੰਗ ਤੇ ਦਾਰੂ ਤੋਂ ਕੁੜੀਆਂ ਆਵੇਂ ਪੀ ਜਾਂਦੀ ਮਾੜਾ ਹਾਲ ਹੋਇਆ ਹੁਣ ਆਪਣੇ ਯਾਰ ਇੱਥੇ ਬੰਦ ਕਹਿੰਦਾ ਕਿਉਂ ਨੀ ਹੋ ਸਕਦਾ ਇਹ ਵੀ ਦੇਖ ਲੈ ਜਦੋਂ ਉੱਥੇ ਨੀ ਬੰਦ ਹੁੰਦਾ ਬੰਦ ਇੱਥੇ ਵੀ ਨੀ ਹੋਣਾ ਹਨਾ ਹੁਣ ਆਪਣੇ ਇੱਥੇ ਪਾਰਟੀਆਂ ਪੂਰਟੀਆਂ ਕਿੰਨੀਆਂ ਵਧੀਆ ਬਣਾਈਆਂ ਨੇ ਹਨਾ ਵੀ ਫੜ ਲਈ ਇਹਨਾਂ ਦਾ ਫੜ ਲਈ ਇਹਨਾਂ ਦਾ ਹਨਾ ਪਰ ਹੁਣ ਜਿਵੇਂ ਕੱਲ ਮੈਂ ਗੱਲ ਕਹਿੰਦੇ ਗਰਾਊਂਡ ਚ ਵੱਜ ਗਿਆ ਕੱਲ ਮੈਂ ਤੇ ਭਾਈ ਮੈਨੂੰ ਕਹਿੰਦਾ ਵੀ ਸੈਲੀ ਤੋਂ ਪੋਡਕਾਸਟ ਪਾਉਣਾ ਹੁੰਦਾ ਪਾ ਲੈਂਦਾ ਕਹਿੰਦਾ ਸਾਡੀ ਗੱਲ ਵੀ ਕਰੀ ਮੈਂ ਕੀ ਕਹਿੰਦਾ 3 ਵਾਰ ਮੋਟਰਾਂ ਦੀ ਚੋਰੀ ਹੋ ਗਈ ਸਾਡੀ ਘਰ ਆਪਣੇ ਪਿੰਡ ਵਾਲੇ ਦੇ ਕੇ ਆਏ ਨੇ ਉੱਥੇ ਰਿਪੋਰਟ ਦਰਜ ਕਰਾ ਕੇ ਆਏ ਨੇ ਰਿਪੋਰਟ ਆਪਣੇ ਚੌਂਦੇ ਦੀ ਗੱਲ ਤੈਨੂੰ ਦੱਸ ਦਿੰਦਾ ਆ ਨਸ਼ੇ ਤੋਂ ਹਨਾ ਚੌਂਦਾ ਇੰਨਾ ਆਪਣੇ ਚੌਂਦੇ ਨੂੰ ਬਦਨਾਮ ਵੱਧ ਕੀਤਾ ਹੋਇਆ ਨਾ ਮੁੰਡੇ ਨਹੀਂ ਆਪਣੇ ਹੈਗੇ ਨੇ ਨਸ਼ਾ ਜੀ ਆਪਾਂ ਕਰਨ ਤੇ 4000 ਪਿੱਛੇ 25-30 ਮੁੰਡੇ ਕਿੰਨੇ ਹੁੰਦੇ ਨੇ ਕੁਝ ਨਹੀਂ ਹੁੰਦੇ 25-30 ਦਾ ਮੁੰਡੇ 0.1% ਬਣੇ 40 ਮੁੰਡੇ ਲਾ ਕੇ ਵੀ 4000 ਵੋਟ ਪਿੱਛੇ 40 ਲਾ ਕੇ 0.1% ਬਣੇ ਕਿੱਡੀ ਗੱਲ ਉਹੀ ਨਸ਼ੇ ਨਾਲ ਧੱਕੇ ਆ ਕੇ ਰਿਸ਼ਤੇਦਾਰਾਂ ਨੇ ਆਏ ਬੋਝੇ ਹਨਾ ਚਲ ਹੁਣ ਜਦ ਆਪਾਂ ਵੀ ਯਾਰ ਬਾਹਰੇ ਜਾਂਦੇ ਆਪਾਂ ਪੌਦੇ ਤਾਂ ਸਾਰੇ ਪੌਦੇ ਨੇ ਵੀ ਸੁੱਡੇ ਪਿੰਡ ਦਾ ਨਸ਼ਾ ਬਹੁਤ ਮੈਨੂੰ ਤਾਂ ਯਾਰ ਮੈਂ ਤਾਂ ਆਪ ਕਹਿ ਦਿੰਦਾ ਮੈਂ ਅਸੀਂ ਆਪਾਂ ਹੁਣ ਪਿੰਡ ਤੋਂ ਬਾਹਰੇ ਰਹਿਣੇ ਆ ਆਪਣੇ 50-60 ਘਰ ਤਾਂ ਹੈਗੇ ਨੇ ਤਾਂ 50-60 ਚ ਤੂੰ ਆਪ ਦੇਖ ਲੈ ਵੀ ਕੌਣ ਚਿੱਟਾ ਲਾਉਂਦਾ ਕੌਣ ਕੀ ਕੁਛ ਨੀ ਯਾਰ ਕੁਛ ਵੀ ਨੀ ਹੈਗਾ ਯਾਰ ਆਪਣੇ ਤਾਂ ਮੈਂ ਤਾਂ ਆਪ ਸਭ ਨਹੀਂ ਸਮਝ ਲੱਗਦੀ ਵੀ ਉਹੀ ਥੱਪੀ ਜਾਂਦੇ ਨੇ ਚਿੱਟਾ ਚਿੱਟਾ ਏਡਾ ਵੀ ਚੱਲ ਮੈਂ ਇਹ ਨਹੀਂ ਕਹਿੰਦਾ ਵੀ ਇਸ਼ੂ ਹੈਗਾ ਪੜਨਾ ਵੀ ਚਾਹੀਦਾ ਹੈਗਾ ਵੀ ਬਹੁਤ ਆ ਚਿੱਟਾ ਮਿਲਦਾ ਵੀ ਬਹੁਤ ਆ ਹਨਾ ਪਰ ਜੇ ਆਪਾਂ ਨੂੰ ਸਾਥ ਦੇਵਾਂਗੇ ਛੱਡਣਗੇ ਯਾਰ ਉਹਨਾਂ ਦਾ ਕਿਹੜਾ ਕੋਈ ਬੈਰੀ ਆ ਹਨਾ ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਬੰਦਾ ਨਸ਼ੇ ਦੇ ਹੌਲੀ 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 ਲੱਗਦਾ ਛੱਡਿਆ ਵੀ ਬੰਦੇ ਤੇ ਯਾਰ ਹੌਲੀ 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 ਜਾਊਗਾ ਵੀ ਇਹ ਤਾਂ ਪਤਾ ਕੀ ਚਾਹੁੰਦੇ ਨੇ ਸੈਂਟਰ ਮਾਪੇ ਕਾਹਤੋਂ ਚੁਕਾ ਦਿੰਦੇ ਨੇ ਵੀ ਇਹ ਚੁਕਾਤਾ 5 ਸਾਲ ਨਸ਼ਾ ਕੀਤਾ ਯਾਰ ਮਹੀਨੇ ਚ ਕਿਵੇਂ ਛੱਡ ਦੂ ਨਹੀਂ ਉਹ ਆਪਣੇ ਉਹੀ ਚਾਹੁੰਦੇ ਨੇ ਵੀ ਹੁਣ ਨਸ਼ਾ ਕੀਤਾ ਇੱਕੋ ਲੱਤ ਬਾਹਰ ਛੱਡ ਦੇ ਗਾੜੀ ਐਂ ਕਿਵੇਂ ਛੱਡ ਦੂ ਯਾਰ ਨਹੀਂ ਛੱਡਿਆ ਜਾਂਦਾ ਉਹੀ ਗੱਲ ਆ ਨਾ ਹੁਣ ਚਾਹੀਦਾ ਕਹਿ ਦਿੰਦੇ ਨੇ ਆਪਣੇ ਉਹੀ ਗੱਲ ਆ ਯਾਰ ਕਹਿ ਦਿੰਦੇ ਨੇ ਛੱਡਦੇ ਨਹੀਂ ਉਹ ਛੱਡਣ ਦਿੰਦੇ ਨਹੀਂ ਆਪਾਂ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਨੂੰ ਮਿਲਦੇ ਨਹੀਂ ਉਹਨਾਂ ਨਾਲ ਬਹਿਦੇ ਨਹੀਂ ਗੱਲ ਨਹੀਂ ਕਰਦੇ ਆਪਾਂ ਕਹਿੰਦੇ ਕਰਦੇ ਰੁਕੀ ਜਾਂਦੇ ਹੁੰਦੇ ਨੇ ਵੀ ਨਾ ਇਹਨਾਂ ਨੂੰ ਮਿਲੀ ਤਾਂ ਨਸ਼ਾ ਕਰਦੇ ਨੇ ਜਦੋਂ ਨਸ਼ਾ ਕਰਦੇ ਨੇ ਟੈਗ ਬਾਕੀ ਉਹਨਾਂ ਦਾ ਜਿਹੜਾ ਟੈਗ ਲੱਗ ਜਾਂਦਾ ਉਤਰਨਾ ਬਹੁਤ ਔਖਾ ਉਤਰ ਜੂਗਾ ਪਰ ਆਪਣੇ ਲੋਕ ਸਾਥ ਨਹੀਂ ਦਿੰਦੇ ਉਹਨਾਂ ਦਾ ਜੇ ਆਪਣੇ ਟੈਗ ਦਾ ਸਭ ਨੇ ਪਤਾ ਗੱਲ ਕੀ ਹੈ ਲੋਕ ਧੱਕੇ ਨਾਲ ਵੀ ਲਾਉਂਦੇ ਨੇ ਨਾ ਚਲੋ ਉਹਦਾ ਜਿਨ੍ਹਾਂ ਦੇ ਲਾਉਂਦੇ ਨੇ ਉਹ ਤਾਂ ਲਾਉਂਦੇ ਨੇ ਜਿਨ੍ਹਾਂ ਦੇ ਹੁਣ ਲੱਗਿਆ ਹੋਇਆ ਇਹ ਆਰੀ ਨੂੰ ਇੱਕ ਪਾਸੇ ਦਿੰਦੇ ਨੇ ਪਤਰਾ ਜਹਾਂ ਨੂੰ ਦੋਵੇਂ ਪਾਸੇ ਇਹ ਵਿਹਲੇ ਬੈਠੇ ਨੂੰ ਵੀ ਨਹੀਂ ਯਾਰ ਦੀ ਕਰਦੇ ਨੂੰ ਵੀ ਨਹੀਂ ਯਾਰ ਆਪਣੇ ਪੰਜਾਬੀ ਦਾ ਨਸ਼ੇ ਵਿੱਚ ਕੋਈ ਕਸਰ ਤਾਂ ਛੱਡੀ ਨਹੀਂ ਹੈਗੀ ਡੱਡੂ ਨੂੰ ਭਜਾ ਕੇ ਉਹ ਪਰ ਗਰਮੀ ਆਉਂਦੀ ਸੀ ਮੈਂ ਤਾਂ ਯਾਰ ਮੂਵ ਦਾ ਵੀ ਸੁਣਿਆ ਵੀ ਮੂਵ ਮਾਪ ਦਾ ਵੀ ਸੁਣਨਾ ਸਾਨੂੰ ਤਾਂ ਕਰਦੇ ਨੇ ਉਹ ਸਿੰਪਲੀ ਸਿੰਪਲੀ ਦਾ ਵੀ ਸੁਣਿਆ ਯਾਰ ਮੈਂ ਕਹਿੰਦਾ ਪੰਜਾਬ ਦੇ ਵਿੱਚ ਛੋਟੀ ਕੋਈ ਮਰਜ਼ੀ ਚੀਜ਼ ਤੋਂ ਨਸ਼ੇ ਨਾ ਥਾ ਹਾਂ
ਕਿੰਨੀ ਭੰਗ ਭੁੰਗ ਦੇਖ ਲਾ ਆਪਣੇ ਸੜਕਾਂ ਤੇ ਕਿੰਨੀ ਫਿਰਦੀ ਹਾਂ। ਤੇ ਮੈਂ ਸਹਿਲੀ ਇੱਕ ਹੋਰ ਸੁਣਿਆ ਕਹਿੰਦੇ ਵੀ ਮਤਲਬ ਮੋਟਰਸਾਈਕਲ ਚਾਹੇ ਗੱਡੀ ਉਹਨੂੰ ਫੁੱਲ ਪਿਆ ਉਹਦੇ ਬ੍ਰੇਕ ਮਾਰ ਦੇਖੋ ਲੱਗ ਜਿੱਥੇ ਬ੍ਰੇਕ ਲੱਗੇ ਹੋਣੇ ਉਹ ਵੀ ਨਸ਼ਾ ਕਰਦੇ ਨੇ ਵੀ ਉਹਦਾ ਕੈਮੀਕਲ ਦਾ ਨਸ਼ਾ ਹੁੰਦਾ ਉਹ ਰੱਬ ਜਾਣਦਾ ਭਰਾਵਾ ਹਨਾ ਵੀ ਉਹੀ ਗੱਲ ਆ ਵੀ ਜਿਹੜੇ ਨਸ਼ੇ ਭਰੀ ਕਰਦੇ ਨੇ ਯਾਰ ਛੱਡੋ ਯਾਰ ਆਪਣਾ ਏਡੀ ਕਿੱਡੀ ਕੁ ਚੀਜ਼ ਹੋਈ ਹੋਈ ਹੈ ਮੈਨੂੰ ਇਹਦਾ ਦੱਸੋ ਬਹੁਤ ਬੰਦੇ ਹਜੇ ਦੇਖੇ ਨੇ ਜਿਹੜੇ ਕਹਿੰਦੇ ਨੇ ਚਿੱਟਾ ਛੱਡਿਆ ਨਹੀਂ ਜਾਂਦਾ ਮੈਂ ਛੱਡਣ ਵਾਲਿਆਂ ਨੂੰ ਵੀ ਮਿਲਿਆ ਦੂੰਗਾ ਬਹੁਤ ਹੈ ਨਹੀਂ ਨਹੀਂ ਹੈਗੇ ਨੇ ਯਾਰ ਹੈਗੇ ਨੇ ਚਿੱਟਾ ਛੱਡਣ ਵਾਲੇ ਬੰਦੇ ਬਹੁਤ ਚੰਗੇ ਬੰਦੇ ਨੇ ਜਿਹੜੇ ਚਿੱਟਾ ਛੱਡ ਚੁੱਕੇ ਨੇ ਬਹੁਤ ਨੇ ਆਪਾਂ ਉਹੀ ਬਦਨਾਮ ਕਰੀਏ ਵੀ ਨਹੀਂ ਛੱਡ ਸਕਦੇ ਯਾਰ ਛੱਡਦੇ ਨੇ ਪਰ ਜਿਹੜੇ ਗੁਰੂ ਦੇ ਬਾਣੇ ਚ ਲੜ ਲੱਗਦੇ ਨੇ ਹਨਾ ਉਹ ਬੰਦੇ ਨੀ ਛੇਤੀ ਲੱਗਦੇ ਯਾਰ ਸਾਨੂੰ ਗੁਰੂ ਦੇ ਬਾਣੇ ਦੇ ਨਾਲ ਯਾਰ ਗੁਰੂ ਤੇ ਤਾਂ ਉਹ ਤਾਂ ਚਾਲੇ ਵੱਖਰੀ ਹੋ ਜਾਂਦੇ ਉਹਦਾ ਚਾਲੇ ਮੂਰੇ ਆ ਜਾਂਦਾ ਜਿਹੜੀ ਮਾਸੀ ਜਾਂਦੀ ਆ ਗੁਰੂ ਦੀ ਇਹਦੇ ਦਾ ਨੂਰੇ ਵੱਖਰਾ ਹੋ ਜਾਂਦਾ ਹਨਾ ਮੈਂ ਵੀ ਬਹੁਤ ਬੰਦਿਆਂ ਨੂੰ ਸਲਾਹ ਦਿੱਤੀ ਆ ਕਈ ਵਾਰ ਬੰਦਾ ਮੈਨੂੰ ਕਹਿੰਦਾ ਯਾਰ ਮੈਂ ਤੂੰ ਛੱਡਿਆ ਨਹੀਂ ਜਾਂਦਾ ਮੈਨੂੰ ਇਹੀ ਸਲਾਹ ਦਿੱਤੀ ਆ ਮੈਂ ਤੂੰ ਗੁਰੂ ਦੇ ਬਾਣੇ ਵਿੱਚ ਕੇਰਾ ਬਾਣੀ ਨੂੰ ਪੜ ਹਨਾ ਮਨ ਨੂੰ ਤੈਨੂੰ ਸੰਤੁਸ਼ਟੀ ਮਿਲੂ ਤੇਰੇ ਸਰੀਰ ਚ ਤਾਕਤ ਆਊਗੀ ਨਹੀਂ ਯਾਰ ਨਸ਼ੇ ਤੇ ਏਡੀ ਗੱਲ ਤਾਂ ਹੈ ਨਹੀਂ ਛੱਡਣ ਨੂੰ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਬਹੁਤ ਹੱਲ ਨੇ ਯਾਰ ਇਹ ਤਾਂ ਆਪਦਾ ਮਨ ਮਾਰ ਜਾਣ ਜਾਣ ਕੇ ਲੱਗਦੇ ਨੇ ਸ਼ੀਸ਼ੀਆਂ ਪੀ ਜਾਣੀਆਂ ਨੇ ਹਨਾ ਕਰਜਿਆਂ ਨੂੰ ਤੰਗ ਕਰੀ ਜਾਣਾ ਫਿਰ ਉਦੋਂ ਬਾਅਦ ਕਹਿੰਦੇ ਨੇ ਕਰਜੇ ਚੜ ਗਏ ਛੱਡ ਕੇ ਐਂ ਹੋ ਗਿਆ ਹੋਣੀ ਆ ਜੇ ਨਾ ਲਾਉਂਗੇ ਹਨਾ ਯਾਰ ਹੁਣ ਤੂੰ ਐਂ ਦੇਖ ਵੀ ਆਪਣੇ 3000 ਰੁਪਏ ਨੂੰ ਸਾਰਨੀ ਗਰਮੀ ਪੈਂਦੀ ਹੈ ਯਾਰ ਡੈਥ ਵੀ ਹੋ ਸਕਦੀ ਹੈ ਨਾ ਬੰਦਾ ਮਰ ਸਕਦਾ ਤਾਂ ਵੀ ਨਹੀਂ ਹਟਦਾ ਹੁਣ ਮੈਂ ਨਾ ਇੱਕ ਬੰਦਿਆਂ 'ਚ ਬੈਠਾ ਬਾਬੇ ਉਹ ਬੰਦੇ ਦੇਖ ਲਾ ਗੱਲ ਕਰਨ ਲੱਗ ਗਏ ਨਾ ਕਹਿੰਦਾ ਬਈ ਤੈਨੂੰ ਐਸਾ ਪਤਾ ਕਿਉਂ ਤੂੰ ਨਹੀਂ ਕਰਿਆ ਵੀ ਦਾਰੂ ਇਹ ਕਾਹਤੋਂ ਕੀਤੀ ਕਰੀ ਨਾ ਮਾਂ ਮੈਂ ਦਾਰੂ ਕੀਤੀ ਮਾਂ ਵੀ ਮੈਂ ਯਾਰ ਮੇਰਾ ਮਨ ਨਹੀਂ ਕਰਿਆ ਵੀ ਮੈਂ ਚੱਟਿਆਂ ਦੇ ਹਾਲਾਤ ਬਹੁਤ ਮਾੜੇ ਦੇ ਦੇਖ ਲਏ ਤੇ ਆਪਾਂ ਨੇ ਕਹਿੰਦਾ ਯਾਰ ਚੱਟੇ ਦੀ ਇੱਕ ਚੀਜ਼ ਆ ਹਨਾ ਮਾਂ ਕੀ ਕਹਿੰਦਾ ਕੋਈ ਵੀ ਨਸ਼ਾ ਕਰੂ ਬੰਦਾ ਦੇਖ ਜਿਵੇਂ ਦਾਰੂ ਪੀਂਦਾ ਨਾ ਉੱਤੇ ਕਰਕੇ ਮੂੰਹ ਚੱਕ ਕੇ ਪੀਂਦਾ ਹਨਾ ਕੋਈ ਵੀ ਨਸ਼ਾ ਕਰਦਾ ਜੇ ਤਾਂ ਮੂੰਹ ਹਨਾ ਜੇ ਕਹਿੰਦਾ ਮੰਨ ਲਾ ਵੀ ਤੂੰ ਹੋਰ ਵੀ ਨਸ਼ਾ ਪੰਨੀ ਤੇ ਕਰਦਾ ਚਿੱਟਾ ਲਾਉਣ ਲੱਗ ਗਿਆ ਜਾਂ ਸਮੈਕ ਤੇ ਆ ਗਿਆ ਤਾਂ ਗਰਦਨ ਪਹਿਲੀ ਝੁਕਾ ਲੈਂਦਾ ਨਾ ਸਤਰੀ ਪਹਿਲੀ ਝੁਕ ਗਿਆ ਪਹਿਲੀ ਝੁਕਾ ਲੈਂਦਾ ਉਦੋਂ ਬਾਅਦ ਨੀਵੇਂ ਪਵਾਉਂਦਾ ਜਾਂਦਾ ਹੈ ਚਾਹੇ ਟੀਕਾ ਲਾਉਣਾ ਫਿਰ ਵੀ ਝੁੱਕ ਕੇ ਲਾਉਣਾ ਪੈਂਦਾ ਉਦੋਂ ਬਾਅਦ ਸਾਰੇ ਕਿਤੇ ਨੀਵੀਂ ਪਵਾਉਂਦਾ ਜਾਂਦਾ ਪਵਾਤੀਆਂ ਫਿਰ ਤਾਂ ਨੀਵੀਂ ਆਉਣੇ ਬਾਕੀ ਜਿਹੜੇ ਪਿਛਲੇ ਪਰਿਵਾਰ ਦੀ ਪਵਾਉਂਦਾ ਉਹ ਵੀ ਪਵਾਉਂਦਾ ਨਾਲ ਦੇ ਯਾਰ ਉਹੀ ਗੱਲ ਆ ਵੀ ਜਿਹੜਾ ਆਏ ਆ ਯਾਰ ਵੀ ਕਾਹਤੋਂ ਆਪਾਂ ਹਨਾ ਸਮਝੀਏ ਯਾਰ ਪੰਜਾਬ ਦੇ ਵਿੱਚ ਜੇ ਮੈਂ ਕਹਿੰਦਾ ਯਾਰ ਮਿਲਣਾ ਬੰਦ ਹੋਵੇ ਤਾਂ ਹੀ ਸਾਰਾ ਕੁਝ ਹੁਣ ਜੇ ਆਪਾਂ ਯਾਰ ਸੋਚੀਏ ਜੇ ਬੰਦਾ ਦੋ ਨਸ਼ੇ ਕਰਦਾ ਜਿਹਨੇ ਛੱਡਣਾ ਵੀ ਮੈਂ ਦੋ ਨਸ਼ੇ ਕਰਦਾ ਰੋਟੀ ਦਾ ਵੀ ਨਸ਼ੇ ਨਸ਼ਾ ਤਾਂ ਆਪ ਮਾਵਾਂ ਕਹਿੰਦੀ ਨੇ ਆਪਣੀਆਂ ਹੁਣ ਆਪਾਂ ਜੇ ਮੈਂ ਤੈਨੂੰ ਕਰਤਾ ਗਲਤ ਕਰ ਰਹੇ ਹਾਂ ਵੀ ਨਸ਼ੇ ਬੰਦਾ ਦੋ ਕਰਦਾ ਉਹ ਯਾਰ ਉਹ ਦੋ ਪੈਸੇ ਮੈਂ ਹਜ਼ਾਰਾਂ ਦਵਾਈਆਂ ਨੇ ਉਹਨੂੰ ਛੱਡਣ ਵਾਸਤੇ ਸਿੱਧੂ ਮੂਸੇ ਵਾਲੀ ਦੁਨੀਆ ਤਾਂ ਹੀ ਯਾਦ ਕਰਦੀ ਹੈ ਕਿ ਨਸ਼ੇ ਦੀ ਕੋਈ ਗੱਲ ਨਹੀਂ ਸੀ ਕਰੀ ਜਾਣੇ ਯਾਰ ਮੈਂ ਕਈ ਬੰਦੇ ਤੋਂ ਪੁੱਛ ਕੇ ਦੇਖੀ ਦੀ ਆ ਵੀ ਯਾਰ ਤੂੰ ਨਸ਼ੇ ਕਰਨ ਯਾਰ ਮਤਲਬ ਸਿੱਧਾ ਆਪਾਂ ਚਿੱਟੇ ਤੀ ਹੋਣੇ ਸਮਾਨ ਲਾਉਣ ਲੱਗਿਆ ਉਹ ਕਹਿੰਦਾ ਬਈ ਕਹਿੰਦਾ ਯਾਰ ਮੇਰਾ ਜੀ ਨਹੀਂ ਕਰਦਾ ਤੀ ਲਾਉਣ ਨੂੰ ਵੀ ਮੈਂ ਜ਼ਿੰਦਗੀ ਸੋਚਿਆ ਹੋਇਆ ਸੀ ਮੈਂ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕਰਨਾ ਵੀ ਰੋਟੀ ਬੇਸ਼ੱਕ ਮੈਂ ਘੱਟ ਖਾ ਲੂੰਗਾ ਪਰ ਮੈਂ ਨਸ਼ਾ ਨਹੀਂ ਕਰ ਲਾ ਮੈਂ ਦਿਹਾੜੀ ਜੋਤਾ ਵੀ ਕਰ ਲੂੰਗਾ ਕਹਿੰਦਾ ਮੈਂ ਜਿੱਦਣ ਪਹਿਲੀ ਵਾਰ ਲਾਇਆ ਹੁਣ ਤਾਂ ਇਹਦਾ ਲੋਕ ਨੇ ਫੁੱਦੂ ਜਿਹੜੇ ਛੱਡਦੇ ਨਹੀਂ ਹੈਗੇ ਹਨਾ ਵੀ ਮੈਂ ਤਾਂ ਛੱਡ ਦੂੰਗਾ ਬਾਬੇ ਕਹਿੰਦਾ ਪਰ ਲੱਗਦਾ ਹੀ ਹੁੰਦਾ ਵੀ ਮੈਂ ਛੱਡ ਦੂੰਗਾ ਪਰ ਬਾਕੀ ਇੱਕ ਗੱਲ ਹੋਰ ਵੀ ਜਿਹੜੇ ਨਸ਼ੇ ਦੇ ਲੱਗਦੇ ਸਭ ਤੋਂ ਭੋਲੇ ਬੰਦੇ ਲੱਗਦੇ ਨੇ ਹਾਂ ਭੋਲੇ ਜਿਹੜਾ ਸਿੱਧੇ ਸਾਦੇ ਜਿਹੇ ਬੰਦੇ ਹੁੰਦੇ ਨੇ ਸਿੱਧੇ ਸਾਦੇ ਹਾਂ ਜਿਹੜਾ ਚੁਸਤ ਆ ਉਹ ਲੱਗਦੀ ਉਹ ਛੱਡ ਜਾਂਦਾ ਪਹਿਲਾਂ ਹੀ ਮੈਂ ਤੁਹਾਨੂੰ ਦੱਸਦਾ ਵੀ ਦਿਮਾਗ ਤੋਂ ਭੋਲਾ ਬੰਦੇ ਨਸ਼ੇ 'ਚ ਫਸਿਆ ਰਹੂਗਾ ਜਿਹੜਾ ਬੰਦਾ ਤੇਜ਼ ਆ ਤਾਂ ਨਿਕਲੇ ਜਾਂਦਾ ਸਮਝਦਾ ਗੱਲ ਇੱਕ ਜਾਲ ਹੁੰਦਾ ਯਾਰ ਭੋਲਾ ਬੰਦਾ ਉੜ ਜਾ ਰਹਿੰਦਾ ਉੱਥੇ ਤੇਜ਼ ਨਿਕਲ ਜਾਂਦਾ ਮੈਂ ਦੇਖਦੇ ਹੀ ਰਹਿਣਾ ਯਾਰ ਜਿਹੜੇ ਹੁਣ ਨਸ਼ੇ ਕਰਦੇ ਨੇ ਮੁੰਡੇ ਉਹ ਇੰਨੇ ਭੋਲੇ ਨੇ ਫਸ ਗਏ ਵਿਚਾਰੇ ਜਾਲ ਦੇ ਵਿੱਚ ਯਾਰ ਹੁਣ ਲੁੱਟਾਂ ਖੋਆਂ ਕਾਹਤੋਂ ਵੱਧ ਗਈਆਂ ਵਧੀਆਂ ਤੇ ਇਹਨਾਂ ਕਰਕੇ ਨਹੀਂ ਇਹ ਵਧੇ ਪਤਾ ਕਾਹਤੋਂ ਗਈਆਂ ਸਾਰਨ ਲੁੱਟਾਂ ਖੋਆਂ ਯਾਰ ਇਹ ਬੰਦੇ ਦਾ ਦਿਮਾਗ ਬੰਦਾ ਕਰੂ ਵੀ ਕੀ ਮੈਂ ਇੱਕ ਬੰਦੇ ਨੂੰ ਪੁੱਛਿਆ ਮੈਂ ਯਾਰ ਵੀ ਤੂੰ ਨਸ਼ਾ ਛੱਡਦਾ ਕਾਹਤੋਂ ਨਹੀਂ ਚਿੱਟਾ ਕਹਿੰਦਾ ਯਾਰ ਵੀ ਮੈਂ ਸੋਚਣ ਦਾ ਕਹਿੰਦਾ ਟਾਈਮ ਕਿਤੇ ਨਹੀਂ ਹੁੰਦੇ ਨੇ ਸਵੇਰੇ ਹੱਥ ਨੇ ਦੁਪਹਿਰੇ ਕਹਿੰਦਾ ਸਵੇਰੇ ਉੱਠੀਦਾ ਤਾਂ ਦੁਪਹਿਰ ਦੀ ਫਿਕਰ ਪੈ ਜਾਂਦੀ ਵੀ ਸਮਾਨ ਕਿੱਥੋਂ ਲਾਵਾਂਗੇ ਠੀਕ ਆ ਦੁਪਹਿਰ ਹੋ ਜਾਂਦੀ ਤਾਂ ਆਥਣ ਦੀ ਵੀ ਰਾਤ ਨੂੰ ਕਿੱਥੋਂ ਲਾਵਾਂਗੇ ਰਾਤ ਨੂੰ ਕਹਿੰਦਾ ਫਿਰ ਕਹਿੰਦਾ ਸਵੇਰੇ ਵਿਪਤਾ ਆਉਂਦੀ ਹੈ ਵੀ ਸਵੇਰੇ ਕਿੱਥੋਂ ਲਾਵਾਂਗੇ ਕਹਿੰਦਾ ਜੇ ਇਹ ਵਿਪਤਾ ਚੋਂ ਨਿਕਲਾਂਗੇ ਇਹ ਸਰਕਲ ਚੋਂ ਨਿਕਲਾਂਗੇ ਤਾਂ ਅਸੀਂ ਕੁਛ ਸੋਚਾਂਗੇ ਜ਼ਿੰਦਗੀ ਸਾਡੀ ਹੈਗੀ ਆ ਸੋ ਤਾਂ ਫਿਰ ਹੀ ਸਕਦਾ ਸਮਝਦਾ ਗੱਲ ਉਲਝ ਚੁੱਕੀ ਆ ਦੁਨੀਆ ਯਾਰ ਇਹ ਸਰਕਾਰਾਂ ਨੂੰ ਉਲਝਾਤੀ ਆਪਣੀ ਨੌਜਵਾਨੀ ਨੂੰ ਖਤਮ ਕਰਨ ਦੇ ਲਈ ਵੀ ਇਹਦੇ ਖੜੇ ਕਦੇ ਹੋ ਨਾ ਸਕਣ ਕੁਛ ਵੀ ਨਾ ਕਰ ਸਕਣ ਉਲਝਾਤੀ ਵੀ ਨਸ਼ਿਆਂ ਚ ਇਹਨਾਂ ਉਲਝਾ ਕੇ ਰੱਖੋ ਮੈਂ ਕਹਿੰਦਾ ਲਈਏ ਜਾ ਤੂੰ ਰੁਪਏ ਦਾ ਇੱਕ ਟਾਈਮ ਹੋ ਗਿਆ ਨਹੀਂ ਹੁਣ ਮਾੜਾ ਕਹਿੰਦਾ ਕਰ ਲਾ ਗੱਲਾਂ ਕਰੀ ਜਾ ਬੈਠਾ ਹੁਣ ਸਵਾਦ ਜਾ ਰਿਹਾ ਗੱਲਾਂ ਦਾ ਬੋਲ ਫਿਰ ਕੋਈ ਗੱਲਬਾਤ ਦਾਰੂ ਤੇ ਚੱਲ ਫਿਰ ਹੁਣ ਦਾਰੂ ਦਾ ਤਾਂ ਮੇਰੇ ਨਾਲ ਯਾਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰੇ ਜ਼ਿੰਦਗੀ ਦਾ ਨਾ ਤਾਂ ਪੁੱਛਿਆ ਵੀ ਦਾਰੂ ਇੱਕ ਜਵਾਨੀ ਦੇ ਵਿੱਚ ਚੰਗੀ ਚੀਜ਼ ਸੀ ਜਿਹਨਾਂ ਸੋਹਣੀ ਲੱਗੀ ਸੀ ਪੀਣ ਤੇ ਉਹ ਫਿਰ ਮੈਂ ਤਾਂ ਆਪਾਂ ਤਾਂ ਕਿਹਾ ਮਾਂ ਆਸਮਾਨ ਵਾਲੇ ਕਦੇ ਕਹੀ ਜਾਣ ਵੀ ਦਾ
ਹੱਥ ਧੋ ਕੇ ਸਾਡੇ ਪਿੱਛੇ ਪੈ ਪਏ ਨੇ ਵੀ ਆਪ ਵੀ ਦੱਸੋ ਹਾਂ ਦਾਰੂ ਦਾਰੂ ਯਾਰ ਪਹਿਲਾਂ ਵਧੀਆ ਨਸਾ ਸੀ ਜਨਾਂ ਟਾਈਮ ਕੁਮਾਰੇ ਸੀਗੇ ਵਧੀਆ ਲੱਗਦਾ ਸੀ ਵੀ ਜਾਓ ਪੀਓ ਖਾਓ ਹਨਾ ਨਹੀਂ ਵੀ ਨਹੀਂ ਲਾਉਂਦੇ ਸੀਗੇ ਐਂ ਲੱਗਦਾ ਸੀ ਵੀ ਜਿਹਨੇ ਦਾਰੂ ਨੀ ਪੀਤੀ ਤੇਰੇ ਬਰੇ ਵਰਗੇ ਨੂੰ ਐਂ ਦੱਸ ਦੇ ਹਾਲਤ ਦੇਖੀ ਉਹ ਚਮਕੀਲੇ ਨੇ ਕਹਿੰਦਾ ਕਹਿੰਦੇ ਲਾਲ ਪਰੀ ਨਾ ਪੀਤੀ ਰਨ ਕੁੱਟ ਕੇ ਸਿੱਧੀ ਨਾ ਕੀਤੀ दारू तो बंदा फिर चलता चलता गांह बच जाता जिहड़ा मुड़िया पिछे बैक स्टेप लेना यार औखा थोड़ा पर मैं लिया है ना मैं तेन क्या लगता जिम्मे मैं भी आप कहते दारू है ना दारू ने जिंदगी बनाई भी है जिंदगी तबाह भी कर दी है जिंदगी सोहनी सी दारू पी चाहिए है ना अजकल मुंडे चल इत ही रोकद गल मेरा मतलब मैं गल सुनी मैं डैडी कहता हूं कहना एक दारू चीज है ना वो तेरा कम बिगाड़ भी बहुत बड़ा दूगी पर हाँ समार भी बहुत दू कहता जिथे तेरा 5,000 का कम अड़िया होया 10,000 का कम अड़िया दूजे बंदे नूं पैग लवा उन्हूं आपदी तकलीफ दस दे तेरा चुटकी च कम कर दूगी दारू पीतू या गाल कढ़ दे मूरले नूं दारू ना हो बंदे जान उ जे दारू ना हो बंदे जी नहीं लगता बुढ़िया जी नहीं लगता दारू जो भी नशे करते बुढ़िया का तंग पाओ कीते शराबी बंद ने पर जो बुढ़िया ने फिर सवेरे पता लेंदी ना पूरा गिण के चाहनी भर दी दारू पी लेनी मेरे यार दोस्त एक ना सवेरे माड़ा मोटा कुछ कह देना दारू पीती रात को कुछ नहीं कहना सवेरे मिलना मैं कनेडा सरकार यार दे सकती है चट्टा रख सकदी अपने भी चल कोई चक्कर नहीं है जिसे सब तो बड़ा आ लग्या होया जिहड़े नशे दे दारू पढ़ाई का भी खर्चा दारू की कढ़दी है यार पापा जी ना पियो शराब ले ले दे किताब ए पहला दारू ए माड़ी थी हुन चट्टा दे ले दे कुछ कम बनना चाहिदा एदा चट्टे दे नु चलदा फिर आई बहौंदे ही जांदा समान ओ दा खत्म कर दंदा बेसन सरकार अजाड़ा ले आंदा अजाड़ा ही ले आंदा चल नहीं यार किवें फस जांदे ने मां पियो दे पुत्तर ना मैं बहुत दुख हुंदा मेनू बहुत दुख हुंदा ਵੀ ਚੱਲ ਜੇ ਕਰਨਾ ਤੀ ਯਾਰ ਕੋਈ ਗੱਲ ਨਹੀਂ ਦਾਰੂ ਪੀ ਲੈਂਦੇ ਹੋਰ ਕਰ ਲਓ ਨਾ ਕੀ ਯਾਰ ਤੁਸੀਂ ਆਪ ਦੀ ਜਲੂਸ ਕੱਢਦੇ ਫਿਰੀ ਜਾਂਦੇ ਹੋ ਉਹ ਬਾਕੀ ਜਿਵੇਂ ਚਿੱਟੇ ਤੇ ਸਿੰਗਰਾਂ ਨੇ ਵੀ ਬੜਾ ਉਹ ਆਏ ਤੂੰ ਲਾਰੇ ਲਾਉਂਦੇ ਲਈ ਮੈਂ ਚਿੱਟਾ ਲਾਉਂਦਾ ਰਿਹਾ ਫੀਲਿੰਗ ਗਾਣੇ ਉਹ ਹਜੇ ਕਹਿੰਦੇ ਨੇ ਆਪਾਂ ਗਾਣੇ ਦੇ ਵਿੱਚੋਂ ਨਹੀਂ ਆਇਆ ਪਰ ਯਾਰ ਮੈਂ ਤੈਨੂੰ ਦੱਸਤਾ ਰਿਹਾ ਆਪਣੇ ਚਿੱਟਾ ਉਹ ਦੂ ਬਾਅਦ ਚ ਆਇਆ ਆ ਜਿਵੇਂ ਵੀ ਟੱਪਦਾ ਚਿੱਟਾ ਮੁੰਡਾ ਲੱਦੇ ਆਣਾ ਠੀਕ ਦਾ ਹਨਾ ਉਹ ਦੂ ਬਾਅਦ ਚ ਆਇਆ ਸਮਝਦਾ ਗੱਲ ਤੇ ਦੂ ਪਹਿਲਾਂ ਸਮਾਈ ਕੀਤੀ ਓਏ ਪਤਾ ਰੁਕਣ ਲੱਗਦਾ ਫਿਰ ਦਿਲ ਟੁੱਟਿਆ ਹੁੰਦਾ ਸੀ ਹਿਲੀ ਝੁਲੀਆਂ ਲੜਿਆ ਹੁੰਦਾ ਲਾ ਲੈਂਦੇ ਨੇ ਲਾ ਲੈਂਦਾ ਉਹ ਬੰਦੇ ਨੂੰ ਤਾਂ ਆਏ ਹੁੰਦਾ ਵੀ ਅੱਜ ਮੈਂ ਲੜਿਆ ਹਾਂ ਕੱਲ ਨੂੰ ਸੈੱਟ ਹੋ ਜੂ ਪਰ ਜਿਹੜਾ ਕਹਿੰਦੇ ਗਲ ਥਾਈ ਦੀ ਕੋਈ ਵੀ ਚੀਜ਼ ਨੰਗੀ ਆਪਣੇ ਉਹ ਸਰੀਰ ਤਾਂ ਫਿਰ ਦੁਬਾਰਾ ਕਹਿੰਦੇ ਹੀ ਆ ਲਿਆ ਮਿੱਤਰਾ ਜਿਵੇਂ ਮਰਜ਼ੀ ਕਰਕੇ ਲੈ ਕੇ ਲੱਗ ਯਾਰ ਉਹੀ ਆ ਇੰਨੀ ਜਲਦੀ ਤਾਂ ਉਹੀ ਹੋ ਜਾਂਦਾ ਫਿਰ ਕਰ ਲੈਂਦਾ ਰੱਬ ਜਾਣਦਾ ਹਨਾ ਜ਼ਰੂਰ ਵੀ ਬੰਦੇ ਨੂੰ ਆਥਨੇ 5 ਕੁ ਵਜੇ ਕੀੜੀ ਟੱਪਦੀ ਨੇ ਪੀਣ ਵਾਲਾਂ ਦਾ ਪਤਾ ਹੀ ਹੈ ਵੀ ਐ ਛਾਲਾ ਮਾਰ ਦਿੰਦੇ ਨੇ ਵੀ ਭਾਈ ਆਇਆ ਨਹੀਂ ਅੱਜ ਉਹ ਕਹਿ ਦਿੰਦੇ ਨੇ ਵੀ ਰੋਟੀ ਵਧੀਆ ਖਾਧੀ ਜਾਂਦੀ ਆ ਕੰਮ ਹੁੰਦਾ ਵੀ ਜੇ 2-4 ਦਿਨ ਨਾ ਪੀ ਨਾ ਲੀਵਰ ਵੀ ਹਾਕ ਮਾਰ ਕੇ ਪੁੱਛ ਲੈਂਦਾ ਵੀ ਹੈਲੋ ਹੈਗਾ ਕਿ ਮਰ ਗਿਆ ਜਿਹੜੇ ਪੱਕੇ ਜਰਾਬੀ ਨੇ ਉਹਨਾਂ ਦੇ ਲੀਵਰ ਤਾਂ ਇਹ ਪੁੱਛਦਾ ਵੀ ਹੈਗਾ ਕਿ ਮਰ ਗਿਆ ਜੇ 2 ਦਿਨ ਨਾ ਪੀ ਹੁਣ ਯਾਰ ਜਿਵੇਂ ਇੱਕ ਬੰਦਾ ਮੈਨੂੰ ਅਜੇ ਕੱਲ ਪਰਸੋਂ ਦੀ ਗੱਲ ਆ ਮੈਨੂੰ ਮਿਲਿਆ ਮਾ ਯਾਰ ਬਾਬੇ ਤੂੰ ਇਹਨੂੰ ਕੀ ਸੋਚ ਕਰ ਰਿਹਾ ਯਾਰ ਵੀ ਇਹਨੂੰ ਛੱਡ ਕਿਉਂ ਨਹੀਂ ਰਿਹਾ ਉਹ ਬਾਈ ਕਹਿੰਦਾ ਯਾਰ ਮੈਨੂੰ ਕਹਿੰਦਾ ਰੋਟੀ ਮਿਲੇ ਜਾਂ ਨਾ ਮਿਲੇ ਮੈਨੂੰ ਮੇਰਾ ਮੇਰਾ ਸਮਾਨ ਜ਼ਰੂਰੀ ਆ ਰੋਟੀ ਨਾਲ ਤਾਂ ਮੈਂ ਇੱਕ ਨਾਲ ਵੀ ਸਾਰਾ ਦਿਨ ਨੰਘਾ ਲੂੰਗਾ ਵੀ ਨਾ ਵੀ ਮਿਲੇ ਮੈਂ ਤਾਂ ਵੀ ਨੰਘਾ ਲੂੰਗਾ ਪਰ ਇਹਦੇ ਬਿਨਾਂ ਮੈਂ ਨਹੀਂ ਸਰ ਸਕਦਾ ਕਹਿੰਦਾ ਯਾਰ ਉਹ ਮੈਂ ਉਹਨੂੰ ਪੁੱਛਿਆ ਮੈਂ ਫਿਰ ਯਾਰ ਸਾਬਰ ਕਰ ਤੂੰ ਆਪਦੇ ਆਪ ਤੇ ਉਹ ਕਹਿੰਦਾ ਯਾਰ ਵੀ ਤੂੰ ਐਂ ਮੰਨ ਕੇ ਚੱਲ ਕਹਿੰਦਾ ਸ਼ਰਨ ਮੈਂ ਮੇਰੀ ਗੱਲ ਤਾਂ ਸੁਣਾ ਵੀ ਚਿੱਟਾ ਲਾਉਣ ਮੈਂ ਆਪ ਨਹੀਂ ਜਾਂਦਾ ਕਹਿੰਦਾ ਮੇਰੇ ਅੰਦਰੋਂ ਮੇਰਾ ਅੰਦਰਲਾ ਸਰੀਰ ਮੈਨੂੰ ਪੁੱਛ ਕਰਦਾ ਹਾਂ ਪੁੱਛ ਕਰਦਾ ਧੱਕੇ ਮਾਰਦਾ ਵੀ ਚੱਲ 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 ਹਾਂ ਵੀ ਰੁਕਣ ਨੂੰ ਜੀ ਕਰਦਾ ਰੁਕ ਜਾ ਰੁਕ ਨਹੀਂ ਸਕਦਾ ਬਸ ਹੁਣ ਮਨ ਸਮਝਾਉਣ ਦੀਆਂ ਗੱਲਾਂ ਨੇ ਸਭ ਕੁਝ ਹੁੰਦਾ ਇੱਥੇ ਕੀ ਨਹੀਂ ਛੱਡਿਆ ਜਾਂਦਾ ਇੱਥੇ ਕੀ ਨਹੀਂ ਹੁੰਦਾ ਦੁਨੀਆ ਦੇ ਮੈਂ ਡਰ ਗਿਆ ਦਿਲ ਦਾ ਦਾਰਾਂ ਦਾ ਹਾਏ 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 ਚੱਲ ਫਿਰ ਆਪਾਂ ਲਈ ਆ ਜਾ ਇੱਥੇ ਕੀ ਨਹੀਂ ਹੁੰਦਾ ਦੁਨੀਆ ਤੇ ਐਵੇਂ
ਜਾਗਿਆ ਦਿਲ ਦਿਲਦਾਰਾਂ ਦਾ ਚੱਲ ਗਾਣਾ ਇਹ ਇੱਥੇ ਕੀ ਨੀ ਹੁੰਦਾ ਦੁਨੀਆ ਤੇ ਐਵੇਂ ਡਰ ਗਿਆ ਦਿਲ ਦਿਲਦਾਰਾਂ ਦਾ ਮਨ ਫਿੱਕਾ ਪੈ ਗਿਆ ਹਾਣ ਧੀਏ ਜ਼ਿੰਦਗੀ ਤੋਂ ਯਾਰਾਂ ਦਾ ਚੱਲ ਫਿਰ ਲੈਣਿਆ ਜਾ ਜਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਸ਼ੇਅਰ ਵੀ ਕਰ ਦਿਓ ਧੰਨਵਾਦ ਜੀ ਥੈਂਕ ਯੂ ਅੱਜ ਵਰਗਾ ਸਵਾਦ ਨਹੀਂ ਆਵਾਂ ਸਰ ਨਹੀਂ ਫੁੱਲ ਆਇਆ ਸਹੀ ਗੱਲ ਆ ਭੈਣ ਦੀ ਜਾ